ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਅੱਜ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ ਇੱਕ ਨਵਾਂ ਪੌਦਾ ਜਿਹਦਾ ਨਾਮ ਹੈ ਅਕਰਕਰਾ। ਪੰਜਾਬੀ 'ਚ ਇਹਨੂੰ ਅਕਰਕਰਾ ਕਹਿ ਦਿੰਦੇ ਹਾਂ, ਜਾਂ ਸਾਇੰਟੀਫਿਕ ਨੇਮ ਇਹਦਾ ਐਨਾਸਾਈਕਲਸ ਪਾਇਰੇਥਰਮ ਵੀ ਹੈ। ਇਹਨੂੰ ਪੈਲੀਟੋਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਇਹਨੂੰ ਸਪੈਨਿਸ਼ ਕੈਮੋਮਾਈਲ ਵੀ ਕਹਿ ਦਿੰਦੇ ਆ, ਇਹਨੂੰ ਮੈਟ ਡੇਜ਼ੀ ਜਾਂ ਮਾਊਂਟੇਨ ਡੇਜ਼ੀ ਵੀ ਕਹਿ ਦਿੰਦੇ ਆ। ਸੋ ਇੱਕ ਛੋਟਾ ਜਿਹਾ ਪੌਦਾ ਜਿਹੜਾ ਜਿਹਦੀ ਤੁਹਾਨੂੰ ਅਸੀਂ ਪਹਿਲਾਂ ਪਛਾਣ ਕਰਨੀ ਦਿਖਾਵਾਂਗੇ। ਇਹ ਸੜਕਾਂ 'ਤੇ ਵੀ ਉੱਗ ਪੈਂਦਾ, ਜਾਂ ਇਹਨੂੰ ਤੁਸੀਂ ਨਰਸਰੀ ਦੇ ਵਿੱਚੋਂ ਵੀ ਲਿਆ ਕੇ ਲਗਾ ਸਕਦੇ ਹੋ। ਅਤੇ ਖੁਸ਼ਕਿਸਮਤੀ ਨਾਲ ਅੱਜ ਇਹਦੇ ਫੁੱਲ ਵੀ ਪੀਲੇ ਕਲਰ ਦੇ ਜਿਹੜੇ ਫੁੱਲ ਆ ਖਿੜੇ ਹੋਏ ਨੇ। ਸੋ ਇੱਕ ਛੋਟਾ ਜਿਹਾ ਪੌਦਾ, ਸੋ ਇਹ ਸੀ ਇਹਦੀ ਪਹਿਚਾਣ। ਇਹਨੂੰ ਤੁਸੀਂ ਲਗਾ ਸਕਦੇ ਹੋ ਲਿਆ ਕੇ, ਜਾਂ ਖੁਦ ਵੀ ਉੱਗਿਆ ਹੋਇਆ ਤੁਹਾਨੂੰ ਮਿਲ ਜਾਏਗਾ। ਸੋ ਇਹ ਸੀ ਜੀ ਅਕਰਕਰਾ ਦਾ ਪੌਦਾ। ਸੋ ਅਕਰਕਰਾ ਦੇ ਕੀ ਕੀ ਫਾਇਦੇ ਨੇ, ਇਹਦੇ ਅੰਦਰ ਕਈ ਤਰ੍ਹਾਂ ਦੇ ਇਹਦੇ ਸੈਕੰਡਰੀ ਮੈਟਾਬੋਲਾਈਟ ਇਹਦੇ ਅੰਦਰ ਬਣਨ ਵਾਲੇ ਇਹਨੂੰ ਇੱਕ ਬਹੁਤ ਹੀ ਵਧੀਆ ਮੈਡੀਸਿਨ ਦਾ ਰੂਪ ਦਿੰਦੇ ਨੇ। ਇਹ ਇੱਕ ਬਹੁਤ ਹੀ ਸਟਰੋਂਗ ਐਨਲਜੈਸਿਕ ਹੈ। ਇਹਦਾ ਕੀ ਮਤਲਬ ਹੈ ਕਿ ਇੱਕ ਪੇਨ ਰਿਲੀਵਰ ਜਾਂ ਪੇਨ ਕਿਲਰ ਦੇ ਤੌਰ 'ਤੇ ਕੰਮ ਕਰਦਾ। ਤੁਹਾਡੇ ਅੰਦਰ ਕੋਈ ਦਰਦ ਹੋ ਰਿਹਾ, ਚਾਹੇ ਉਹ ਜੋੜਾਂ ਦਾ ਦਰਦ ਹੈ, ਦੰਦਾਂ ਦਾ ਦਰਦ ਹੈ, ਜਾੜ ਦੇ ਵਿੱਚ ਦਰਦ ਹੋ ਰਿਹਾ, ਉਹਨੂੰ ਇਹ ਰੋਕਣ ਦੀ ਤੁਹਾਡੇ ਅੰਦਰ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਇਹ ਇੰਜਨਾਂ ਜੋ ਕਿ ਇੱਕ ਦਿਲ ਦਾ ਦਰਦ ਹੈ, ਉਹਦੇ ਵਿੱਚ ਉਸਦਾ ਇਲਾਜ ਨਹੀਂ ਹੈ, ਪਰ ਉਸਦੇ ਦਰਦ ਨੂੰ ਘੱਟ ਕਰਨ ਦੇ ਵਿੱਚ ਤੁਹਾਨੂੰ ਇਹ ਸਹਾਇਤਾ ਕਰੇਗਾ। ਸੋ ਕਿਸੇ ਤਰ੍ਹਾਂ ਦਾ ਵੀ ਦਰਦ ਹੈ, ਦੰਦਾਂ ਦੇ ਵਿੱਚ ਦਰਦ ਹੋ ਰਿਹਾ, ਉੱਥੇ ਇਹਨੂੰ ਜ਼ਰੂਰ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਇਹ ਸਟਰੋਂਗ ਪੇਨ ਕਿਲਰ ਦੇ ਤੌਰ 'ਤੇ ਕੰਮ ਕਰਦਾ। ਇਸ ਤੋਂ ਇਲਾਵਾ ਇਹਦੇ ਅੰਦਰ ਐਨਾਬੋਲਿਕ ਐਕਟੀਵਿਟੀਜ਼ ਵੀ ਹੁੰਦੀਆਂ, ਜੋ ਤੁਹਾਡੀ ਬੋਡੀ ਦੇ ਵਿੱਚ ਇਹ ਐਨਾਬੋਲਿਕ ਐਕਟੀਵਿਟੀ ਨੂੰ ਵਧਾਏਗਾ। ਇਸ ਦਾ ਕੀ ਮਤਲਬ ਹੈ ਕਿ ਤੁਹਾਡੇ ਅੰਦਰ ਜੋ ਹਾਰਮੋਨਸ ਹੈ, ਲਾਈਕ ਟੈਸਟੋਸਟੀਰੋਨ ਜਾਂ ਫੀਮੇਲ ਹਾਰਮੋਨ ਐਸਟ੍ਰੋਜਨ ਵਗੈਰਾ, ਇਹਨਾਂ ਦੀ ਵੀ ਪ੍ਰੋਡਕਸ਼ਨ ਨੂੰ ਵਧਾਉਂਦਾ। ਸੋ ਇਹਨੂੰ ਔਰਤਾਂ ਦੇ ਬਾਂਝਪਣ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ, ਪਰ ਇਹਨਾਂ ਖੇਤਰਾਂ ਵਿੱਚ ਯੂਜ਼ ਕਰਨ ਤੋਂ ਪਹਿਲਾਂ ਇਹਨੂੰ ਡਾਕਟਰ ਦੀ ਸਲਾਹ ਲਈ ਜਾਵੇ। ਇਸ ਤੋਂ ਇਲਾਵਾ ਇਹ ਇੱਕ ਬ੍ਰੇਨ ਟੋਨਿਕ ਹੈ। ਜੇ ਤੁਸੀਂ ਘਰ ਦੇ ਵਿੱਚ ਕੋਈ ਬ੍ਰੇਨ ਟੋਨਿਕ ਬਣਾ ਰਹੇ ਹੋ, ਕੋਈ ਦਿਮਾਗ ਦੀ ਔਸ਼ਧੀ ਤਿਆਰ ਕਰ ਰਹੇ ਹੋ, ਉਹਦੇ ਵਿੱਚ ਜ਼ਰੂਰ ਇਸ ਨੂੰ ਐਡ ਕਰਨਾ ਚਾਹੀਦਾ। ਤੁਹਾਡੇ ਦਿਮਾਗ ਨੂੰ ਦਰੁਸਤ ਕਰੇਗਾ, ਸੋ ਤੁਹਾਡੇ ਦਿਮਾਗ ਨੂੰ ਐਨਰਜੀ ਦੇਵੇਗਾ, ਤੁਹਾਡੇ ਸਿਰ ਦਰਦ ਨੂੰ ਘਟਾਏਗਾ, ਫਟੀਗ ਥਕਾਨ ਨੂੰ ਘਟਾਏਗਾ ਤੁਹਾਡੇ ਅੰਦਰੋਂ। ਸੋ ਮੇਨ ਇਹਦੇ ਇਹੀ ਫਾਇਦੇ ਨੇ। ਐਨਾਬੋਲਿਕ ਹੈ, ਦਰਦ ਘਟਾਏਗਾ, ਸੋ ਇੱਕ ਬ੍ਰੇਨ ਟੋਨਿਕ ਵੀ ਹੈ, ਅਤੇ ਬੱਚਿਆਂ ਨੂੰ ਵੀ ਤੁਸੀਂ ਇਹ ਦੇ ਸਕਦੇ ਹੋ। ਸੋ ਇਹਨੂੰ ਵਰਤਣਾ ਕਿਵੇਂ ਆ, ਵਰਤਣ ਬਾਰੇ ਗੱਲ ਕਰਾਂਗੇ। ਵਰਤਣ ਲਈ ਇਹਦੇ ਆਲਮੋਸਟ ਸਾਰੇ ਹੀ ਭਾਗ ਵਰਤੇ ਜਾ ਸਕਦੇ ਨੇ। ਇਹਦੇ ਜੜ੍ਹਾਂ ਨੂੰ ਵਰਤਿਆ ਜਾ ਸਕਦਾ, ਇਹਦੇ ਲੀਵਸ ਨੂੰ ਵਰਤਿਆ ਜਾ ਸਕਦਾ, ਪੱਤਿਆਂ ਨੂੰ ਵਰਤਿਆ ਜਾ ਸਕਦਾ, ਇਹਦੇ ਫੁੱਲਾਂ ਨੂੰ ਵੀ ਵਰਤਿਆ ਜਾ ਸਕਦਾ। ਤੁਹਾਡੇ ਦੰਦਾਂ 'ਚ ਦਰਦ ਆ ਤਾਂ ਇਹਨੂੰ ਡਾਇਰੈਕਟਲੀ ਤੁਸੀਂ ਚਬਾ ਸਕਦੇ ਹੋ। ਇਸ ਤੋਂ ਇਲਾਵਾ ਇਹਦੇ ਪੱਤਿਆਂ ਫੁੱਲਾਂ ਨੂੰ ਚਟਨੀ 'ਚ ਪਾ ਸਕਦੇ ਹੋ, ਚਟਨੀ ਬਣਾ ਰਹੇ ਹੋ ਘਰ ਦੇ ਵਿੱਚ, ਕੋਈ ਸਬਜ਼ੀ 'ਚ ਪਾ ਸਕਦੇ ਹੋ, ਜਿਵੇਂ ਵੀ ਤੁਸੀਂ ਠੀਕ ਸਮਝੋ। ਇਸ ਤੋਂ ਇਲਾਵਾ ਇਹਦੀ ਪੇਸਟ ਬਣਾ ਸਕਦੇ ਹੋ, ਕੋਈ ਦੰਦਾਂ ਦਾ ਦਰਦ ਆ, ਪੇਸਟ ਬਣਾ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਸ਼ਹਿਦ ਮਿਲਾਓ, ਇਹ ਮਿਲਾ ਕੇ ਤੁਸੀਂ ਦੰਦਾਂ ਜਾਂ ਮਸੂੜਿਆਂ ਦੇ ਉੱਪਰ ਅਪਲਾਈ ਕਰੋ ਤਾਂ ਤੁਹਾਡੇ ਦੰਦਾਂ ਦੇ ਦਰਦ ਨੂੰ ਚੁਗੇਗਾ, ਉਹਨੂੰ ਘਟਾਏਗਾ। ਸੋ ਇਹ ਸਾਰੀਆਂ ਇਹਦੀਆਂ ਵਰਤਣ ਦੇ ਤਰੀਕੇ ਆ। ਇਸ ਤੋਂ ਇਲਾਵਾ ਇਹਦੇ ਕੈਪਸੂਲਸ ਵੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਆਉਂਦੇ ਨੇ, ਪਰ ਜੇ ਤੁਸੀਂ ਡਾਇਰੈਕਟਲੀ ਯੂਜ਼ ਕਰ ਸਕਦੇ ਤਾਂ ਮੇਰਾ ਖਿਆਲ ਹੈ ਕਿ ਕੈਪਸੂਲ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ। ਸੋ ਇਹ ਸਾਰੇ ਇਹਦੇ ਫਾਇਦੇ ਨੇ, ਸਾਰੇ ਇਹਦੇ ਵਰਤਣ ਦੇ ਤਰੀਕੇ ਨੇ। ਅਗਲੀ ਵੀਡੀਓ 'ਚ ਮਿਲਾਂਗੇ ਕਿਸੇ ਨਵੇਂ ਪੌਦੇ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।